गुड मॉर्निंग स्टूडेंट्स, ਅਸੀਂ ਕਰਦੇ ਸੀ ਸਵੈ ਜਿਮਨੀ ਗਲੀਏ ਚਿੱਕਰ ਦੂਰ ਕਰਦੇ ਕਾਂਡ। ਠੀਕ ਹੈ, ਫਸਟ ਕਾਂਡ ਸਾਡਾ ਹੋ ਗਿਆ ਸੀ। ਅੱਜ ਅਸੀਂ ਸੈਕਿੰਡ ਕਾਂਡ ਕਰਾਂਗੇ, ਧੂਏ ਦਾ ਜੰਗਲ। ਧੂਏ ਦਾ ਜੰਗਲ ਕਾਂਡ ਹੈ ਜਿਹੜਾ ਇਹ ਵਣਜਾਰਾ ਬੇਦੀ ਦੀ ਸਵੈ ਜਿਮਨੀ ਗਲੀਏ ਚਿੱਕਰ ਦੂਰ ਕਰਦਾ ਦੂਸਰਾ ਕਾਂਡ ਹੈ। ਠੀਕ ਹੈ, ਜੇ ਅਸੀਂ ਇਸ ਕਾਂਡ ਦੀ ਗੱਲ ਕਰੀਏ ਤਾਂ ਇਸ ਕਾਂਡ ਦੇ ਵਿੱਚ ਲੇਖਕ ਨੇ ਉਸ ਸਮੇਂ ਦੀ ਗੱਲ ਕੀਤੀ ਆ ਜਦੋਂ ਜਿਹੜੇ ਲੋਕ ਨੇ ਪਾਕਿਸਤਾਨ ਤੋਂ ਉੱਜੜ ਕੇ ਪਟਿਆਲਾ ਦੇ ਵਿੱਚ ਆ ਕੇ ਵੱਸਦੇ ਆ। ਠੀਕ ਹੈ, ਲੇਖਕ ਦੱਸਦਾ ਵੀ ਉਸ ਸਮੇਂ ਪੰਜਾਬ ਦਾ ਜਿਹੜਾ ਵਾਤਾਵਰਨ ਸੀ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਸੀ। ਠੀਕ ਹੈ, ਪੰਜਾਬ ਦੇ ਵਿੱਚ ਜਿਹੜੇ ਲੋਕ ਸੀ ਹਿੰਦੂ ਅਤੇ ਮੁਸਲਮਾਨ ਸਿੱਖ ਸੀ ਜਿਹੜੇ ਉਹ ਆਪਸ ਦੇ ਵਿੱਚ ਭਟਕ ਰਹੇ ਸੀ। ਠੀਕ ਹੈ, ਨੈਕਸਟ ਅਸੀਂ ਗੱਲ ਕਰਦੇ ਹਾਂ ਵੀ ਜਿਹੜਾ ਆਜ਼ਾਦੀ ਦਾ ਸੁੱਖ ਹੈ ਉਹ ਨੇਤਾਵਾਂ ਨੂੰ ਪ੍ਰਾਪਤ ਹੋਇਆ। ਫਸਟ ਪੁਆਇੰਟ ਹੈ ਆਜ਼ਾਦੀ ਦਾ ਸੁੱਖ ਨੇਤਾਵਾਂ ਨੂੰ ਮਿਲਣਾ। ਨੇਤਾਵਾਂ ਵਾਲਾ ਜਿਹੜੇ ਨੇਤਾ ਹੁੰਦੇ ਆ, ਠੀਕ ਹੈ, ਜਿਹੜੇ ਸਰਕਾਰੀ ਕਰਮਚਾਰੀ ਅਹੁਦੇ ਤੇ ਕੁਰਸੀਆਂ ਲੈ ਕੇ ਬੈਠੇ ਹੋਏ ਆ, ਕਹਿੰਦੇ ਆਜ਼ਾਦੀ ਦਾ ਅਸਲੀ ਸੁੱਖ ਨੇਤਾਵਾਂ ਨੂੰ ਪ੍ਰਾਪਤ ਹੋਇਆ ਸੀ। ਕਈਆਂ ਨੇ ਆਜ਼ਾਦੀ ਦੇ ਘੁਲਾਟੀ ਹੋਣ ਦਾ ਪਖੰਡ ਰਚਿਆ ਹੋਇਆ ਸੀ। ਠੀਕ ਹੈ, ਅਤੇ ਉਹ ਆਪਣੇ ਆਪ ਨੂੰ ਆਜ਼ਾਦੀ ਦੇ ਕੁਰਬਾਨੀ ਦੇ ਪੁਤਲੇ ਜਾਂ ਸ਼ਹੀਦ ਹੋਏ ਸਮਝਦੇ ਸੀ। ਠੀਕ ਹੈ, ਕਹਿੰਦੇ ਉਸ ਸਮੇਂ ਜਿਹੜੀ ਵੀ ਅਫਸਰ ਸ਼ਾਹੀ ਦੇ ਲੋਕ ਕੁਰਸੀਆਂ ਲੈ ਕੇ ਬੈਠੇ ਹੋਏ ਸੀ, ਕਹਿੰਦੇ ਉਹਨਾਂ ਨੂੰ ਆਪਣੀਆਂ ਮਨਮਾਨੀਆਂ ਕਰਨ ਦਾ ਮੌਕਾ ਮਿਲਦਾ ਸੀ, ਕਿਉਂਕਿ ਜਿਹੜੇ ਲੋਕ ਸੀ ਉਹ ਪਾਕਿਸਤਾਨ ਤੋਂ ਉੱਜੜ ਕੇ ਆਏ ਸੀ, ਬਹੁਤ ਜ਼ਿਆਦਾ ਪਛੜੇ ਹੋਏ ਸੀ। ਕਹਿੰਦੇ ਇਸ ਕਰਕੇ ਮਤਲਬ ਜਿਹੜੇ ਨੇਤਾ ਸੀ ਉਹ ਆਪਣੀਆਂ ਕੁਰਸੀਆਂ ਦੀ ਜਿਹੜੀ ਕੁਰਸੀਆਂ ਦੀ ਅਹਿਮੀਅਤ ਦੇ ਕਰਕੇ, ਕਿਉਂਕਿ ਉਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਸੀ ਅਤੇ ਉਹ ਆਪਣੀਆਂ ਮਨਮਾਨੀਆਂ ਕਰਦੇ ਸੀ। ਕਹਿੰਦੇ ਨੇਤਾਵਾਂ ਨੇ ਆਪਣੀਆਂ ਸਰਦਾਰੀਆਂ ਦੀ ਖਾਤਰ ਦੇਸ਼ ਦੀ ਛਾਤੀ ਚੀਰ ਦਿੱਤੀ ਸੀ, ਅਤੇ ਜਿਹੜੇ ਲੋਕ ਮਤਲਬ ਪਾਕਿਸਤਾਨ ਤੋਂ ਉੱਜੜ ਕੇ ਪਟਿਆਲੇ ਦੇ ਵਿੱਚ ਆਏ ਸੀ ਤਾਂ ਉਹਨਾਂ ਜਿਹੜੀਆਂ ਪਟਿਆਲੇ ਦੇ ਵਿੱਚ ਜਿਹੜੇ ਵੀ ਪਰਿਵਾਰ ਵੱਸ ਰਹੇ ਸੀ ਅਤੇ ਉਹਨਾਂ ਦੇ ਜਿਹੜੀਆਂ ਘਰਾਂ ਦੀਆਂ ਔਰਤਾਂ ਸੀ ਉਹਨਾਂ ਦੇ ਨਾਲ ਵੀ ਬੇਇੱਜ਼ਤੀ ਕਰਦੇ ਸੀ, ਕਿਉਂਕਿ ਉਹਨਾਂ ਨੂੰ ਕੋਈ ਵੀ ਕੁਝ ਕਹਿਣ ਵਾਲਾ ਨਹੀਂ ਸੀ ਅਤੇ ਹਰ ਪਾਸੇ ਹਰ ਕੰਮ ਦੇ ਵਿੱਚ ਆਪਣੀਆਂ ਮਨਮਾਨੀਆਂ ਕਰਦੇ ਸੀ। ਠੀਕ ਹੈ, ਨੈਕਸਟ ਗੱਲ ਕਰਦੇ ਆ ਆਜ਼ਾਦੀ ਦੀਆਂ ਦੋ ਧਿਰਾਂ। ਆਜ਼ਾਦੀ ਦੀਆਂ ਦੋ ਧਿਰਾਂ ਸੀ, ਇੱਕ ਪਾਸੇ ਤਾਂ ਸੀਗਾ ਵੱਸਿਆ ਹੋਇਆ ਪਿੰਡ, ਦੂਸਰੇ ਪਾਸੇ ਪਛੜਿਆ ਹੋਇਆ। ਰਹਿੰਦੇ ਸੀ, ਇੱਕ ਤਾਂ ਜਿਨ੍ਹਾਂ ਦੇ ਮਤਲਬ ਜਿਹੜੇ ਕਿ ਪਟਿਆਲੇ ਦੇ ਵਿੱਚ ਵਸੇ ਹੋਏ ਸੀ, ਜਿਨ੍ਹਾਂ ਦੇ ਆਪਣੇ ਮਕਾਨ ਸੀ, ਠੀਕ ਹੈ, ਆਪਣੇ ਘਰ ਪਰਿਵਾਰ ਦੇ ਨਾਲ ਇਕੱਠੇ ਰਹਿੰਦੇ ਸੀ, ਦੂਜੇ ਪਾਸੇ ਜਿਹੜੇ ਕਿ ਉੱਜੜੇ ਹੋਏ ਸੀ। ਠੀਕ ਹੈ, ਜਿਹੜੇ ਹੁਣ ਵੱਸਦੇ ਲੋਕ ਸੀ ਉਹਨਾਂ ਦੇ ਕੋਲ ਆਪਣੇ ਮਕਾਨ ਵੀ ਸੀ। ਜਦੋਂ ਪਟਿਆਲਾ ਤੋਂ ਬਹੁਤ ਸਾਰੇ ਲੋਕ ਇੱਧਰ ਏਰੀਏ ਦੇ ਵਿੱਚ ਰਹਿਣ ਆਏ ਤਾਂ ਉਸ ਸਮੇਂ ਜਿਨ੍ਹਾਂ ਦੇ ਘਰ ਵਸੇ ਹੋਏ ਸੀ ਉਹਨਾਂ ਨੇ ਆਪਣੇ ਮਕਾਨਾਂ ਦੇ ਕਿਰਾਏ ਦੁੱਗਣੇ ਚੌਗਣੇ ਕਰਤੇ ਸੀ। ਕਿਉਂ? ਕਿਉਂਕਿ ਜਿਹੜੇ ਪਛੜੇ ਹੋਏ ਲੋਕ ਸੀ ਉਹਨਾਂ ਕੋਲ ਰਹਿਣ ਦੇ ਲਈ ਜਗ੍ਹਾ ਨਹੀਂ ਸੀ। ਠੀਕ ਹੈ, ਉਹਨਾਂ ਨੂੰ ਰਹਿਣ ਦੇ ਲਈ ਕੋਈ ਨਾ ਕੋਈ ਮਕਾਨ ਦੀ ਜ਼ਰੂਰਤ ਪੈਂਦੀ ਸੀ, ਤਾਂ ਜਿਹਦੇ ਕਰਕੇ ਜਿਹੜੇ ਲੋਕ ਸੀ ਉਹ ਜਿਹੜੇ ਵੱਸਦੇ ਘਰਾਂ ਦੇ ਲੋਕ ਸੀ ਉਹਨਾਂ ਦੇ ਕੋਲੋਂ ਮਕਾਨ ਕਿਰਾਏ 'ਤੇ ਲੈਂਦੇ ਸੀ, ਜਿਸ ਕਰਕੇ ਉਹਨਾਂ ਨੇ ਮਕਾਨ ਦੇ ਕਿਰਾਏ ਵੀ ਦੁੱਗਣੇ ਚੌਗਣੇ ਕਰ ਦਿੱਤੇ ਸੀ। ਠੀਕ ਹੈ, ਕਹਿੰਦੇ ਦੂਜੇ ਪਾਸੇ ਉਹ ਲੋਕ ਸੀ ਜਿਨ੍ਹਾਂ ਦਾ ਦੇਸ਼ ਦੇ ਹਾਉ ਨਹੀਂ ਸੀ ਕੁਚਲੀ ਗਈ, ਜਿਨ੍ਹਾਂ ਦੀ ਪਛਾਣ ਬਿਲਕੁਲ ਖਤਮ ਹੋ ਗਈ ਸੀ। ਉਹਨਾਂ ਕੋਲ ਨਾ ਤਾਂ ਘਰ ਸੀ ਨਾ ਧੰਨ ਦੌਲਤ ਸੀ, ਪਰ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋਣੇ ਚਾਹੁੰਦੇ ਸੀ। ਪੈਰਾਂ 'ਤੇ ਤਾਂ ਹੀ ਖੜ੍ਹੇ ਹੋ ਸਕਦੇ ਜੇ ਉਹਨਾਂ ਕੋਲ ਆਪਣਾ ਮਕਾਨ ਹੁੰਦਾ, ਆਪਣੇ ਰਹਿਣ ਲਈ ਜਗ੍ਹਾ ਹੁੰਦੀ, ਜਾਂ ਉਹਨਾਂ ਕੋਲ ਆਪਣੀ ਨੌਕਰੀ ਹੁੰਦੀ ਜਿਹਦੇ ਸਹਾਰੇ ਉਹ ਆਪਣਾ ਘਰ ਦਾ ਗੁਜ਼ਾਰਾ ਕਰ ਸਕਦੇ ਸੀ। ਠੀਕ ਹੈ, ਅਤੇ ਇਸ ਤੋਂ ਇਲਾਵਾ ਕਹਿੰਦੇ ਜਿਹੜੀ ਦੋਨਾਂ ਧਿਰਾਂ ਦੇ ਵਿੱਚੋਂ ਜਿਹੜੇ ਉੱਜੜੇ ਹੋਏ ਲੋਕ ਸੀ ਉਹਨਾਂ ਦੀ ਸਹਾਨੁਭੂਤੀ ਦਾ ਸਬੂਤ ਆਪਣੇ ਮਕਾਨਾਂ ਦੇ ਕਿਰਾਏ ਵਧਾ ਦਿੱਤੇ ਸੀ। ਹਰ ਪਾਸੇ ਜਿਹੜੀ ਆਪੋ ਧਾਪੀ ਮਚੀ ਹੋਈ ਸੀ, ਮਤਲਬ ਸਾਰੇ ਪਾਸੇ ਜਿਹੜੇ ਲੋਕ ਸੀ ਉਹ ਆਪਣੀਆਂ ਮਨਮਾਨੀਆਂ ਕਰਦੇ ਸੀ, ਆਪਣੀ ਮਤਲਬ ਮਕਾਨ ਦੇ ਕਿਰਾਏ ਵਧਾ ਕੇ ਉਹ ਦੂਸਰੇ ਪਛੜੇ ਹੋਏ ਲੋਕਾਂ ਦਾ ਫਾਇਦਾ ਉਠਾਉਂਦੇ ਸੀ। ਠੀਕ ਹੈ, ਅਤੇ ਆਪੋ ਧਾਪੀ ਦੇ ਵਿੱਚ ਹਰ ਪਾਸੇ ਹਰ ਕੰਮ ਦੇ ਵਿੱਚ ਆਪਣਾ ਲਾਭ ਉਠਾਉਣਾ ਚਾਹੁੰਦੇ ਸੀ। ਨੈਕਸਟ ਗੱਲ ਕਰਦੇ ਹਾਂ ਪਟਿਆਲਾ ਵਿੱਚ ਨੌਕਰੀ। ਜਦੋਂ ਲੇਖਕ ਦੇ ਲੇਖਕ ਦਾ ਪਰਿਵਾਰ ਪਟਿਆਲੇ ਦੇ ਵਿੱਚ ਰਹਿਣ ਲੱਗ ਗਿਆ ਅਤੇ ਵਿਹਲੇ ਬੈਠਣ ਦੇ ਨਾਲ ਉਹ ਲੇਖਕ ਨੇ ਸੋਚਿਆ ਵੀ ਪਟਿਆਲੇ ਦੇ ਵਿੱਚ ਮੈਨੂੰ ਕੋਈ ਛੋਟੀ ਮੋਟੀ ਨੌਕਰੀ ਕਰਨੀ ਚਾਹੀਦੀ ਹੈ। ਕਹਿੰਦੇ ਉਹਨੇ ਛੋਟੇ ਜਿਹੇ
ਫਾਰਮ ਦੇ ਵਿੱਚ 60 ਰੁਪਏ ਮਹੀਨੇ ਤੇ ਨੌਕਰੀ ਕੀਤੀ ਉਹਦੇ ਤਿੰਨ ਭਾਈਵਾਲ ਸੀ ਤਿੰਨ ਚਾਰ ਟਰੱਕ ਚੱਲਦੇ ਸੀ ਕਹਿੰਦੇ ਜਿਹੜੇ ਭਾਈਵਾਲ ਨੇ ਮਤਲਬ ਜਿਹੜੇ ਵਿਅਕਤੀ ਨੇ ਲੇਖਕ ਨੂੰ ਨੌਕਰੀ ਦਵਾਈ ਹੋਈ ਸੀ ਕਹਿੰਦੇ ਉਹ ਲੇਖਕ ਦੇ ਪਿਛਵਾੜੇ ਰਹਿੰਦਾ ਸੀ ਪਿਛਵਾੜੇ ਮਤਲਬ ਘਰ ਦੇ ਪਿਛਲੇ ਵਾਲੇ ਪਾਸੇ ਕਹਿੰਦੇ ਉਹ ਸਰਕਾਰ ਦੀ ਵਜ਼ਾਰਤ ਵਿੱਚ ਡਿਪਟੀ ਸਕੱਤਰ ਸੀ ਟਰੱਕਾਂ ਦੇ ਹਿਸਾਬ ਦਾ ਜਿੰਨਾ ਵੀ ਨਿੱਕਾ ਮੋਟਾ ਸਾਰਾ ਕੰਮ ਸੀ ਉਹ ਲੇਖਕ ਨੂੰ ਸੌਂਪਿਆ ਹੋਇਆ ਸੀ ਕਹਿੰਦੇ ਲੇਖਕ ਨੂੰ ਪਾਵਰ ਆਫ ਅਟਾਰਨੀ ਬਣਾਇਆ ਹੋਇਆ ਸੀ ਤਾਂ ਕਿ ਜਿਹੜੀ ਮੁਕੱਦਮੇ ਦੀ ਤਰੀਕ ਭੁਗਤਣ ਦੇ ਲਈ ਲੇਖਕ ਨੂੰ ਕਈ ਵਾਰੀ ਇੱਕ ਪਿੰਡ ਤੋਂ ਦੂਸਰੇ ਪਿੰਡ ਦੇ ਵਿੱਚ ਵੀ ਜਾਣਾ ਪੈਂਦਾ ਸੀ ਠੀਕ ਹੈ ਨੈਕਸਟ ਗੱਲ ਕਰਦੇ ਹਾਂ ਮੁਨਸ਼ੀ ਲਫ਼ਜ਼ ਤੋਂ ਜਿਹੜਾ ਜਦੋਂ ਲੇਖਕ ਪਟਿਆਲੇ ਦੇ ਵਿੱਚ ਨੌਕਰੀ ਕਰਦਾ ਸੀ ਤਾਂ ਉਸ ਸਮੇਂ ਲੇਖਕ ਨੂੰ ਮੁਨਸ਼ੀ ਦੇ ਅੰਦਰ ਕੰਮ ਕਰਨਾ ਪੈਂਦਾ ਸੀ ਠੀਕ ਹੈ ਉਹਨੂੰ ਮੁਨਸ਼ੀ ਨਾਮ ਤੋਂ ਬਹੁਤ ਜ਼ਿਆਦਾ ਸ਼ਬਦ ਤੋਂ ਬਹੁਤ ਜ਼ਿਆਦਾ ਚਿੜ ਹੁੰਦੀ ਸੀ ਅਤੇ ਲੇਖਕ ਦੀ ਮਾਤਾ ਅਤੇ ਜਿਹੜੀ ਉਹਦੀ ਪਤਨੀ ਸੀ ਉਹ ਕਈ ਵਾਰੀ ਉਹਨੂੰ ਮੁਨਸ਼ੀ ਮੁਨਸ਼ੀ ਕਹਿ ਕੇ ਹੱਸ ਪੈਂਦੀਆਂ ਸੀ ਠੀਕ ਹੈ ਮਤਲਬ ਉਹਨੂੰ ਤੰਗ ਕਰਦੀਆਂ ਸੀ ਕਹਿੰਦੇ ਇਸ ਚਿੜ ਦੇ ਕਈ ਕਾਰਨ ਸੀ ਡਿਪਟੀ ਸਾਹਿਬ ਲੇਖਕ ਨੂੰ ਹਮੇਸ਼ਾ ਬੇਦੀ ਕਹਿ ਕੇ ਬੁਲਾਉਂਦੇ ਸੀ ਜਦਕਿ ਉਹ ਮੁਨਸ਼ੀ ਨੂੰ ਚੰਗਾ ਨਹੀਂ ਸੀ ਸਮਝਦਾ ਜੇ ਉਹਨੂੰ ਕੋਈ ਮਤਲਬ ਮੁਨਸ਼ੀ ਬੁਲਾਉਂਦਾ ਵੀ ਸੀ ਜਾਂ ਘਰ ਦੇ ਵਿੱਚ ਮੁਨਸ਼ੀ ਕਹਿ ਕੇ ਛੇੜਿਆ ਜਾਂਦਾ ਸੀ ਤਾਂ ਲੇਖਕ ਨੂੰ ਬਹੁਤ ਜ਼ਿਆਦਾ ਚਿੜਾ ਹੁੰਦੀ ਸੀ ਨੈਕਸਟ ਹੈ ਰਿਸ਼ਵਤ ਦਾ ਬੋਲਬਾਲਾ ਲੇਖਕ ਦੱਸਦਾ ਕਹਿੰਦਾ ਚਾਰੇ ਪਾਸੇ ਰਿਸ਼ਵਤ ਦਾ ਬੋਲਬਾਲਾ ਸੀ ਕੋਈ ਵੀ ਕੰਮ ਕਰਵਾਇਆ ਜਾਂਦਾ ਸੀ ਰਿਸ਼ਵਤ ਦੇ ਨਾਲ ਹੀ ਕਰਵਾਇਆ ਜਾਂਦਾ ਸੀ ਕਹਿੰਦੇ ਲੇਖਕ ਨੂੰ ਸਰਕਾਰੀ ਦਫ਼ਤਰ ਜਾਂ ਕਚਹਿਰੀ ਦੇ ਵਿੱਚ ਕਿਸੇ ਵੀ ਵੇਲੇ ਕੋਈ ਵੀ ਕੰਮ ਕਰਵਾਉਣ ਲਈ ਪਹਿਲਾਂ ਅਗਲੇ ਦੀ ਮੁੱਠੀ ਗਰਮ ਕਰਨੀ ਪੈਂਦੀ ਸੀ ਮੁੱਠੀ ਗਰਮ ਕਰਨੀ ਮਤਲਬ ਉਹਨੂੰ ਰਿਸ਼ਵਤ ਦਿੱਤੀ ਜਾਂਦੀ ਸੀ ਉਹਨੂੰ ਪੈਸਾ ਦਿੱਤਾ ਜਾਂਦਾ ਸੀ ਲੇਖਕ ਦੇ ਪੱਲੇ ਕੁਝ ਨਹੀਂ ਸੀ ਪੈਂਦਾ ਉਹ ਰਿਸ਼ਵਤ ਤੋਂ ਸਦਾ ਚਿੜ ਰਹਿੰਦਾ ਸੀ ਜੇ ਉਸਨੇ ਬੈਰੀਅਰ ਜਾਂ ਰਾਹ ਦੇ ਵਿੱਚ ਪੁਲਸੀ ਤਾਂ ਹੋਰ ਅਫਸਰਾਂ ਨੂੰ ਇੱਕ ਰੁਪਈਆ ਦਿੱਤਾ ਜਾਂਦਾ ਤਾਂ ਦੋ ਲਿਖਵਾ ਦਿੰਦਾ ਅਤੇ ਇੱਕ ਆਪਣੇ ਕੋਲ ਰੱਖਦਾ ਮਤਲਬ ਉਹਨੂੰ ਪਤਾ ਸੀ ਵੀ ਜਿਹੜਾ ਮੁਨਸ਼ੀ ਆ ਮੇਰੇ ਨਾਲ ਕੰਮ ਕਰਦਾ ਉਹ ਵੀ ਹਰ ਪਾਸੇ ਹਰ ਕੰਮ ਦੇ ਵਿੱਚ ਰਿਸ਼ਵਤ ਲੈਂਦਾ ਜਿਹਦੇ ਕਰਕੇ ਜਿਹੜਾ ਲੇਖਕ ਸੀ ਉਹ ਮੁਨਸ਼ੀ ਤੋਂ ਵੀ ਬਹੁਤ ਜ਼ਿਆਦਾ ਨਫ਼ਰਤ ਕਰਦਾ ਸੀ ਨੈਕਸਟ ਹੈ ਲੇਖਕ ਦਾ ਸ਼ਸ਼ੋਪਰਜ ਵਿੱਚ ਪੈਣਾ ਕਹਿੰਦੇ ਉੱਥੇ ਕਿਸੇ ਨੂੰ ਵੀ ਕੋਈ ਵੀ ਤਨਖਾਹ ਨਹੀਂ ਸੀ ਦਿੱਤੀ ਜਾਂਦੀ ਮਤਲਬ ਤਨਖਾਹ ਟਾਈਮ 'ਤੇ ਨਹੀਂ ਸੀ ਦਿੱਤੀ ਜਾਂਦੀ ਅਤੇ ਲੇਖਕ ਨੂੰ ਆਪਣੇ ਘਰ ਦੇ ਪਰਿਵਾਰ ਦਾ ਬਹੁਤ ਜ਼ਿਆਦਾ ਫਿਕਰ ਹੁੰਦਾ ਸੀ ਕਿਉਂਕਿ ਉਹ ਪਛੜੇ ਹੋਏ ਇਲਾਕੇ ਦੇ ਵਿੱਚੋਂ ਆਏ ਹੋਏ ਸੀ ਠੀਕ ਹੈ ਉਹਨਾਂ ਨੂੰ ਆਪਣੇ ਮਕਾਨ ਦਾ ਕਿਰਾਇਆ ਵੀ ਦੇਣਾ ਪੈਂਦਾ ਸੀ ਕਹਿੰਦੇ ਇੱਕ ਵਾਰੀ ਲੇਖਕ ਨੂੰ ਪਤਾ ਲੱਗਿਆ ਵੀ ਇੱਕ ਡਰਾਈਵਰ ਨੂੰ ਕਿਸੇ ਗਲਤੀ ਕਰਕੇ ਬਿਨਾਂ ਤਨਖਾਹ ਅਤੇ ਕਿਰਾਏ ਤੋਂ ਕੱਢ ਦਿੱਤਾ ਜਾਂਦਾ ਕਹਿੰਦੇ ਜਦੋਂ ਡਰਾਈਵਰ ਨੇ ਲੇਖਕ ਨੂੰ ਦੱਸਿਆ ਵੀ ਇੱਥੇ ਇਸੇ ਤਰ੍ਹਾਂ ਚੱਲਦਾ ਵੀ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਤਨਖਾਹ ਟਾਈਮ 'ਤੇ ਨਹੀਂ ਦਿੱਤੀ ਜਾਂਦੀ ਤਾਂ ਉਸ ਸਮੇਂ ਡਰਾਈਵਰ ਨੇ ਉਹਨੂੰ ਇਹ ਸਮਝਾਤਾ ਸੀ ਵੀ ਤੈਨੂੰ ਇੱਧਰ ਉੱਧਰ ਹੇਰਾਫੇਰੀ ਕਰਕੇ ਆਪਣੀ ਤਨਖਾਹ ਕੱਢਣੀ ਪਊਗੀ ਕਿਉਂਕਿ ਮਤਲਬ ਇੱਥੇ ਇਸ ਤਰ੍ਹਾਂ ਦਾ ਕੰਮ ਆ ਵੀ ਤੈਨੂੰ ਕਦੇ ਵੀ ਕਿਸੇ ਵੀ ਟਾਈਮ ਪੈਸੇ ਦੀ ਲੋੜ ਪੈ ਸਕਦੀ ਹੈ ਪਰ ਤੈਨੂੰ ਜਿਹੜੀ ਤਨਖਾਹ ਹੈ ਉਹ ਟਾਈਮ 'ਤੇ ਨਹੀਂ ਦਿੱਤੀ ਜਾਣੀ ਕਹਿੰਦੇ ਉਸ ਵੇਲੇ ਡਰਾਈਵਰ ਨੇ ਇਹ ਵੀ ਦੱਸਿਆ ਵੀ ਜਿਹੜਾ ਮੁਨਸ਼ੀ ਸੀ ਉਹ ਵੀ ਪਹਿਲਾਂ ਬਹੁਤ ਇਮਾਨਦਾਰੀ ਨਾਲ ਕੰਮ ਕਰਦਾ ਹੁੰਦਾ ਸੀ ਪਰ ਜਦੋਂ ਤੋਂ ਉਹਨੂੰ ਪਤਾ ਲੱਗਿਆ ਵੀ ਤਨਖਾਹ ਨਹੀਂ ਮਿਲਦੀ ਤਾਂ ਉਹ ਆਪਣਾ ਜਿਹੜਾ ਹੇਰਾਫੇਰੀ ਕਰਕੇ ਆਪਣੇ ਪੈਸੇ ਆਪ ਕੱਢਣ ਲੱਗ ਗਿਆ ਸੀ ਕਹਿੰਦੇ ਉਸ ਸਮੇਂ ਡਰਾਈਵਰ ਦੀ ਗੱਲ ਸੁਣ ਕੇ ਜਿਹੜਾ ਲੇਖਕ ਸੀ ਉਹ ਸ਼ਸ਼ੋਪਦ ਦੇ ਵਿੱਚ ਪੈ ਜਾਂਦਾ ਸੀ ਤਾਂ ਕਹਿੰਦੇ ਜਦੋਂ ਲੇਖਕ ਦਾ ਮਹੀਨਾ ਪੂਰਾ ਹੋਇਆ ਤਾਂ ਉਹਨੇ ਆਪਣੇ ਜਿਹੜੇ ਮਾਲਕ ਸੀ ਅੱਗੇ ਉਹਨਾਂ ਤੋਂ ਤਨਖਾਹ ਮੰਗੀ ਕਹਿੰਦੇ ਪਰ ਕਿਸੇ ਨੇ ਵੀ ਉਸਦੀ ਗੱਲ ਨਾ ਗੌਲੀ ਮਤਲਬ ਕਿਸੇ ਨੇ ਵੀ ਉਹਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਕਿਸੇ ਨੇ ਵੀ ਧਿਆਨ ਦੇ ਨਾਲ ਨਹੀਂ ਸੁਣੀ ਕਹਿੰਦੇ ਅਗਲੇ ਫਿਰ ਜਦੋਂ ਟਰੱਕ ਵਾਪਸ ਮੁੜੇ ਤਾਂ ਡਰਾਈਵਰਾਂ ਨੇ ਜੋ ਫਟਕਲ ਖਰਚੇ ਲਿਖਵਾਏ ਲੇਖਕ ਨੇ ਫ੍ਰੀ ਟਰੱਕ ਰੁਪਈਆ ਡੇਢ ਵੱਧ ਧੜਕਦੇ ਦਿਲ ਨਾਲ ਲਿਖਿਆ ਮਤਲਬ ਉਹਨੇ ਵੀ ਹੁਣ ਹੇਰਾਫੇਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਿਹੜੇ ਚਾਰ ਪੈਸੇ ਉਹਦੇ ਕੋਲ ਬਚਦੇ ਸੀ ਤਾਂ ਉਹਨੇ ਆਪਣੀ ਮਾਤਾ ਨੂੰ ਦੇ ਦਿੱਤੇ ਘਰ ਦੇ ਖਰਚੇ ਲਈ ਪੈਸੇ ਦੇ ਦਿੰਦਾ ਸੀ ਕਹਿੰਦੇ ਅਸਲ ਦੇ ਵਿੱਚ ਜਿਹੜਾ ਲੇਖਕ ਸੀ ਉਹ ਸ਼ਸ਼ੋਪੰਜ ਵਿੱਚ ਸੀ ਉਹ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੇਈਮਾਨੀ ਨਹੀਂ ਸੀ ਕਰਨਾ ਚਾਹੁੰਦਾ ਪਰ ਫਿਰ ਵੀ ਉਹਨੂੰ ਮਜਬੂਰਨ ਇਹ ਸਭ ਕਰਨਾ ਪੈਂਦਾ ਸੀ ਕਿਉਂਕਿ ਉਹਦੇ ਅੰਦਰ ਜਿਹੜੀ ਡਰਾਈਵਰ ਨੇ ਗੱਲ ਕੀਤੀ ਸੀ ਉਹਦੀ ਖਾਤਰ ਉਹਦੇ ਅੰਦਰ ਸਿਰਫ ਮੁਨਸ਼ੀ ਦਾ ਬੋਲਬਾਲਾ ਸੀ ਠੀਕ ਹੈ ਜੀ
ਨੈਕਸਟ ਗੱਲ ਕਰਦੇ ਆ ਅਤੀਤ ਦੀ ਘਟਨਾ ਹੁਣ ਡਰਾਈਵਰ ਦੀਆਂ ਗੱਲਾਂ ਸੁਣ ਕੇ ਲੇਖਕ ਦੇ ਮਨ ਦੇ ਵਿੱਚ ਇੱਕ ਅਤੀਤ ਦੀ ਘਟਨਾ ਮਤਲਬ ਜਿਹੜੀ ਪਾਸਟ ਦੀ ਘਟਨਾ ਸੀ ਕਹਿੰਦੇ ਲੇਖਕ ਨੂੰ 4 ਸਾਲ ਪੁਰਾਣੀ ਪਾਸਟ ਦੀ ਇੱਕ ਘਟਨਾ ਯਾਦ ਆ ਗਈ ਕਹਿੰਦੇ ਜਦੋਂ ਐਫਏ ਕਾਲਜ ਦੇ ਵਿੱਚ ਇਮਤਿਹਾਨ ਦੇ ਕੇ ਹਟਿਆ ਸੀ ਤਾਂ ਬਾਣੀਏ ਦੀ ਦੁਕਾਨ ਤੇ ਕੋਈ ਚੀਜ਼ ਲੈਣ ਜਾਂਦਾ ਠੀਕ ਹੈ ਤਾਂ ਉਦੋਂ 4-5 ਰੁਪਏ ਵੱਧ ਲੈ ਆਉਂਦਾ ਤਾਂ ਉਹਨੇ ਮਤਲਬ 4-5 ਰੁਪਏ ਵੱਧ ਮੋੜ ਦਿੰਦਾ ਤਾਂ ਜਦੋਂ ਲੇਖਕ ਵਾਪਸ ਰਾਸਤੇ ਦੇ ਵਿੱਚ ਘਰੇ ਆਉਂਦਾ ਤਾਂ ਉਸ ਸਮੇਂ ਉਹਦੇ ਮਤਲਬ ਉਹਨੂੰ ਇਹ ਲੱਗਦਾ ਵੀ ਮੈਂ ਕਿਸੇ ਚੀਜ਼ ਦੀ ਕੋਈ ਨਾ ਕੋਈ ਬੇਈਮਾਨੀ ਲਿਖ ਕੀਤੀ ਹੋਈ ਹੈ ਕਹਿੰਦਾ ਮੈਨੂੰ ਇੰਝ ਜਾਪਦਾ ਸੀ ਵੀ ਮੇਰੇ ਮੱਥੇ ਤੇ ਮਾੜਾ ਮੋਟਾ ਬੇਈਮਾਨੀ ਸ਼ਬਦ ਲਿਖਿਆ ਹੈ ਮਤਲਬ ਕਹਿੰਦੇ ਉਹ ਅਜੋਕੇ ਸਮੇਂ ਦੇ ਵਿੱਚ ਜਿਹੜੀ ਗਲਤੀ ਕਰ ਰਿਹਾ ਸੀ ਜਿਹੜੀ ਬੇਈਮਾਨੀ ਕਰ ਰਿਹਾ ਸੀ ਉਹਨੂੰ ਉਸ ਸਮੇਂ ਉਹ ਅਤੀਤ ਦੀ ਘਟਨਾ ਯਾਦ ਆਉਂਦੀ ਆ ਕਹਿੰਦੇ ਜਦੋਂ ਉਹਨੂੰ ਆਪਣੇ ਅੰਦਰੋਂ ਮਨ ਦੇ ਅੰਦਰੋਂ ਲੱਗਾ ਵੀ ਮੈਂ ਕਿਸੇ ਤਰੀਕੇ ਦੇ ਨਾਲ ਕਿਸੇ ਨਾਲ ਬੇਈਮਾਨੀ ਕੀਤੀ ਹੈ ਕਹਿੰਦੇ ਉਹਨੇ ਆਪਣੇ ਜਿਹੜੇ ਰੁਪਈਏ ਸੀ ਜਿਹੜੀ ਬੇਈਮਾਨੀ ਵਾਲੇ ਰੁਪਈਏ ਸੀ ਉਹਨੂੰ ਗੁਰਦੁਆਰੇ ਮੱਥੇ ਟੇਕ ਦੇਣੇ ਚਾਹੇ ਜਾਂ ਫਿਰ ਗੁਟਕਾ ਲੈ ਕੇ ਵੰਡ ਦੇਣ ਦੀ ਸੋਚੀ ਕਹਿੰਦੇ ਬਾਜ਼ਾਰ ਵਿੱਚ ਗੁਟਕਾ ਨਾ ਮਿਲਦੇ ਉਹ 22-12 ਦੀ ਸਟੀਕ ਤੇ ਹੋਰ ਧਾਰਮਿਕ ਪੁਸਤਕਾਂ ਖਰੀਦ ਕੇ ਲਿਆਇਆ ਫਿਰ ਉਹਨੇ ਉਹੀ ਪੈਸੇ ਦੀਆਂ ਜਿਹੜੀਆਂ ਪੁਸਤਕਾਂ ਖਰੀਦੀਆਂ ਸੀ ਉਹਨਾਂ ਨੂੰ ਇਕੱਠੀਆਂ ਕਰਕੇ ਲਾਇਬ੍ਰੇਰੀ ਦੇ ਵਿੱਚ ਰੱਖ ਦਿੱਤਾ ਠੀਕ ਹੈ ਨੈਕਸਟ ਹੈ ਤਨਖਾਹ ਨਾ ਮਿਲਣੀ ਜਦੋਂ ਲਗਾਤਾਰ ਹੀਰਾ ਫੇਰੀ ਦਾ ਕੰਮ ਚੱਲਦਾ ਰਹਿ ਗਿਆ ਤੇ ਉਸ ਤੋਂ ਬਾਅਦ ਵੀ ਕਾਫੀ ਮਹੀਨੇ ਬੀਤ ਗਏ ਲੇਖਕ ਨੂੰ ਤਨਖਾਹ ਨਾ ਮਿਲੀ ਕਹਿੰਦੇ ਉਹਨੇ ਮੁਨਸ਼ੀ ਦੇ ਨਾਲ ਵੀ ਗੱਲ ਕੀਤੀ ਜਿਹਦੇ ਨਾਲ ਤਾਂ ਉਹਨੂੰ ਚਿੜ ਸੀ ਪਰ ਫਿਰ ਵੀ ਕਹਿੰਦੇ ਉਹਦੀ ਤਨਖਾਹ ਸੀ ਜਿਹੜੀ ਉਹ ਮਾਲਕਾਂ ਨੇ ਮਾਰ ਲਈ ਸੀ ਫਿਰ ਦੂਜੇ ਤੀਜੇ ਦਿਨ ਕਹਿੰਦੇ ਜਦੋਂ ਵੀ ਟਰੱਕ ਆਉਂਦਾ ਤਾਂ ਉਹ 3-4 ਰੁਪਏ ਵੱਧ ਲਿਖ ਦਿੰਦਾ ਤੇ ਆਪਣੀ ਮਾਤਾ ਨੂੰ ਉਹ ਪੈਸੇ ਫੜਾ ਦਿੰਦਾ ਤਾਂ ਕਿ ਜਿਹੜੀ ਉਹਦੀ ਮਾਤਾ ਸੀ ਉਹ ਘਰ ਦੇ ਗੁਜ਼ਾਰੇ ਲਈ ਉਨੇ ਕੁ ਪੈਸੇ ਖਰਚ ਸਕਦੀ ਸੀ ਠੀਕ ਹੈ ਹੁਣ ਜਦੋਂ ਲੇਖਕ ਨੂੰ ਪਤਾ ਲੱਗਿਆ ਵੀ ਮੇਰਾ ਇੱਥੇ ਕੁਝ ਨਹੀਂ ਬਣਦਾ ਜਾਂ ਮੇਰੀ ਤਨਖਾਹ ਨਹੀਂ ਦਿੱਤੀ ਜਾਣੀ ਜਾਂ ਮੇਰੇ ਘਰ ਦਾ ਜਿਹੜਾ ਗੁਜ਼ਾਰਾ ਬਹੁਤ ਜ਼ਿਆਦਾ ਔਖਾ ਹੋਊਗਾ ਤਾਂ ਉਹਨੇ ਉਹ ਨੌਕਰੀ ਛੱਡ ਦਿੱਤੀ ਠੀਕ ਹੈ ਫਿਰ ਹੁਣ ਉਹ 3 ਮਹੀਨੇ ਬੀਤਣ ਤੋਂ ਬਾਅਦ ਉਹ ਨੌਕਰੀ ਛੱਡ ਦਿੰਦਾ ਤੇ ਹੁਣ ਨੌਕਰੀ ਦੀ ਭਾਲ ਦੇ ਵਿੱਚ ਇੱਧਰ ਉੱਧਰ ਭਟਕਦਾ ਫਿਰਦਾ ਹੁਣ ਨੌਕਰੀ ਦੀ ਭਾਲ ਦੇ ਲਈ ਲੇਖਕ ਤੇ ਸੋਹਣ ਸਿੰਘ ਕੌਣ ਸੀ ਲੇਖਕ ਦਾ ਚਾਚਾ ਸੀ ਠੀਕ ਹੈ ਦੋਨੋਂ ਜਾਣੇ ਨੌਕਰੀ ਦੀ ਭਾਲ ਦੇ ਵਿੱਚ ਇੱਧਰ ਉੱਧਰ ਘੁੰਮਦੇ ਰਹਿੰਦੇ ਆ ਕਦੇ ਪਟਿਆਲੇ ਜਾਂਦੇ ਅੰਬਾਲੇ ਜਲੰਧਰ ਲੁਧਿਆਣੇ ਕਹਿੰਦੇ ਗੇੜੇ ਕਰਦੇ ਰਹਿੰਦੇ ਸਾਰਾ ਸਾਰਾ ਦਿਨ ਸੜਕਾਂ 'ਤੇ ਘੁੰਮਦੇ ਰਹਿੰਦੇ ਸੀ ਸਟੇਸ਼ਨਾਂ 'ਤੇ ਫਿਰਦੇ ਰਹਿੰਦੇ ਸੀ ਜੋ ਕੁਝ ਵੀ ਉਹਨਾਂ ਕੋਲ ਖਾਣ ਲਈ ਹੁੰਦਾ ਸੀ ਉਹੀ ਟਾਈਮ ਮਤਲਬ ਉਹੀ ਚੀਜ਼ਾਂ ਖਾ ਕੇ ਉਹ ਆਪਣਾ ਗੁਜ਼ਾਰਾ ਕਰਦੇ ਸੀ ਕਹਿੰਦੇ ਦੁਪਹਿਰੇ ਰੋਟੀ ਕਿਸੇ ਢਾਬੇ 'ਤੇ ਖਾ ਲੈਂਦੇ ਅਤੇ ਰਾਤੀ ਛੋਲੇ ਚੱਪ ਕੇ ਪਾਣੀ ਪੀ ਕੇ ਸੌਂ ਜਾਂਦੇ ਸੀ ਕਹਿੰਦੇ ਜੇ ਲੇਖਕ ਕਦੀ ਰਾਸ਼ਨਿਕ ਦੇ ਦਫ਼ਤਰ ਤੇ ਕਦੀ ਮਿਊਨਸੀਪੈਲਿਟੀ ਦੇ ਦਫ਼ਤਰ ਤੇ ਗੇੜੇ ਮਾਰਦਾ ਪਰ ਕਹਿੰਦੇ ਜਿੱਥੇ ਵੀ ਲੇਖਕ ਤੇ ਲੇਖਕ ਦਾ ਚਾਚਾ ਸੋਹਣ ਸਿੰਘ ਨੌਕਰੀ ਦੀ ਭਾਲ ਲਈ ਜਾਂਦੇ ਸੀ ਕਹਿੰਦਾ ਇੱਕ ਵਾਰੀ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਵੀ ਸਾਨੂੰ ਨੌਕਰੀ ਜਲਦੀ ਮਿਲ ਜਾਣੀ ਪਰ ਅਸਲ ਦੇ ਵਿੱਚ ਕਹਿੰਦੇ ਕਿਤੇ ਵੀ ਨੌਕਰੀ ਨਹੀਂ ਸੀ ਮਿਲਦੀ ਉਹਨਾਂ ਨੂੰ ਨੌਕਰੀ ਦੀ ਭਾਲ ਲਈ ਇੱਧਰ ਉੱਧਰ ਘੁੰਮਣਾ ਪੈਂਦਾ ਸੀ ਅਤੇ ਜਿਹੜੀ ਨੌਕਰੀ ਸੀ ਉਹ ਸਿਰਫ ਸਿਫਾਰਸ਼ ਵਾਲਿਆਂ ਨੂੰ ਹੀ ਮਿਲਦੀ ਸੀ ਠੀਕ ਹੈ ਕਹਿੰਦੇ ਨੈਕਸਟ ਗੱਲ ਕਰਦਾ ਫਿਰ ਜਦੋਂ ਲੇਖਕ ਤੇ ਸੋਹਣ ਸਿੰਘ ਨੂੰ ਕੋਈ ਵੀ ਨੌਕਰੀ ਨਾ ਮਿਲੀ ਨੌਕਰੀ ਦੀ ਭਾਲ ਛੱਡ ਕੇ ਹੁਣ ਉਹਨਾਂ ਨੇ ਆਪਣਾ ਘਰ ਦਾ ਕੋਈ ਕੰਮ ਕਾਰ ਸ਼ੁਰੂ ਕਰਨ ਬਾਰੇ ਸੋਚਿਆ ਕਹਿੰਦੇ ਸੋਹਣ ਸਿੰਘ ਨੇ ਲੇਖਕ ਨੂੰ ਪੁੱਛਿਆ ਵੀ ਉਹ ਆਪਾਂ ਮਤਲਬ ਸਾਂਝੇ ਹੋ ਕੇ ਆਪਾਂ ਇਕੱਠੇ ਦੁੱਧ ਤੇ ਦਹੀਂ ਦੀ ਦੁਕਾਨ ਸ਼ੁਰੂ ਕਰ ਲੈਣੀ ਕਹਿੰਦੇ ਲੇਖਕ ਨੇ ਕਿਹਾ ਕਿ ਉਸ ਤੋਂ ਇਹ ਧੰਦਾ ਨਹੀਂ ਹੋਣਾ ਇਸ ਨਾਲ ਉਸਦੀ ਆਪਣੀ ਪਛਾਣ ਖਤਮ ਹੋ ਜਾਊਗੀ ਮਤਲਬ ਉਹਦੀ ਆਪਣੀ ਪਛਾਣ ਨਹੀਂ ਰਹਿਣੀ ਜੇ ਆਪਾਂ ਮਤਲਬ ਆਪਸ ਦੇ ਵਿੱਚ ਕੋਈ ਕੰਮ ਕਾਰ ਸ਼ੁਰੂ ਕਰ ਲਿਆ ਕਹਿੰਦੇ ਸੋਹਣ ਸਿੰਘ ਨੇ ਲੇਖਕ ਨੂੰ ਕਿਹਾ ਕਿ ਜਿੰਨਾ ਚਿਰ ਉਸਦੀ ਇੱਛਾ ਮੁਤਾਬਕ ਕੋਈ ਕੰਮ ਨਹੀਂ ਮਿਲਦਾ ਉਨਾ ਟਾਈਮ ਤੱਕ ਉਹ ਇੰਨਾ ਕੰਮ ਕਰ ਲਵੇ ਕਹਿੰਦੇ ਉਸ ਤੋਂ ਬਾਅਦ ਜਦੋਂ ਪਟਿਆਲਾ ਪਹੁੰਚ ਕੇ ਸੋਹਣ ਸਿੰਘ ਨੇ ਉਹਦੀ ਮਾਤਾ ਦੇ ਨਾਲ ਗੱਲਬਾਤ ਕੀਤੀ ਤਾਂ ਲੇਖਕ ਦੀ ਮਾਤਾ ਨੂੰ ਇਹ ਗੱਲ ਪਤਾ ਸੀ ਵੀ ਉਹਦੀ ਸੋਚ ਦੇ ਮੁਤਾਬਕ ਇਹ ਕੰਮ ਨਹੀਂ ਹੈਗਾ ਠੀਕ ਹੈ ਤਾਂ ਲੇਖਕ ਦੀ ਮਾਤਾ ਕਹਿਣ ਲੱਗੀ ਕਹਿੰਦੇ ਜੀ ਜਿਸ ਕੰਮ ਦੇ ਵਿੱਚ ਉਹਦਾ ਮਨ ਟਿਕੇਗਾ ਉਹੋ ਜਿਹਾ ਹੀ ਕੰਮ ਕਰੇਗਾ ਕਹਿੰਦੇ ਇਸ ਕਰਕੇ ਉਸਨੇ ਸੋਹਣ ਸਿੰਘ ਨੂੰ ਕਹਿ ਦਿੱਤਾ ਕਿ ਉਸ ਇਹ ਕੰਮ ਨਹੀਂ ਹੋਣੀ ਅਤੇ ਗੱਲ ਆਈ ਗਈ ਹੋਵੇ ਕਹਿੰਦੇ ਮਤਲਬ ਇੱਕ ਵਾਰੀ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਕੰਮ ਸ਼ੁਰੂ ਕਰਨ ਦੀ ਜਾਗ ਪਈ ਕਹਿੰਦੇ ਪਰ ਬਾਅਦ ਦੇ ਵਿੱਚ ਉਹਦੀ ਮਾਤਾ ਨੂੰ ਵੀ ਇਹ ਲੱਗਿਆ ਵੀ ਮੇਰੇ ਪੁੱਤਰ ਨੇ ਇਹ ਕੰਮ ਠੀਕ ਨਹੀਂ ਜਾਂ ਮੇਰਾ ਪੁੱਤਰ ਇਹ ਕੰਮ ਕਰਕੇ ਖੁਸ਼ ਨਹੀਂ ਹੋਊਗਾ ਕਹਿੰਦੇ ਇਸ ਲਈ ਜਿਹੜੀ ਉਹਦੀ ਮਾਤਾ ਸੀ ਲੇਖਕ ਦੀ ਮਾਤਾ ਨੇ ਸੋਹਣ ਸਿੰਘ ਨੂੰ ਮਨ੍ਹਾ ਕਰ ਦਿੱਤਾ ਠੀਕ ਹੈ ਕਹਿੰਦੇ ਇਸ ਤਰ੍ਹਾਂ ਇਸ ਕਾਰ ਦੇ ਵਿੱਚ ਦੱਸਿਆ ਗਿਆ ਵੀ ਜਿਹੜੀ ਸਿੱਖ ਕੌਮ ਆ ਉਹਦੇ ਇੱਕ ਵਾਹ ਬਰੋਲੇ ਵਿੱਚ ਕਿਰੀ ਇਤਿਹਾਸਿਕ ਵਿਲੱਖਣ ਪਛਾਣ ਨੂੰ ਪੇਸ਼ ਕੀਤਾ ਗਿਆ ਕਹਿੰਦੇ ਜਿਹਦੇ ਕਰਕੇ ਜਦੋਂ ਲੋਕ ਪਛੜ ਕੇ ਆਏ ਸੀ ਤਾਂ ਉਸ ਸਮੇਂ ਨਾ ਤਾਂ ਉਹਨਾਂ ਕੋਲ ਮਕਾਨ ਸੀ ਨਾ ਉਹਨਾਂ ਕੋਲ ਰਹਿਣ ਦੇ ਲਈ ਕੋਈ ਜਗ੍ਹਾ ਸੀ ਠੀਕ ਹੈ ਅਤੇ ਕਹਿੰਦੇ ਉਸ ਸਮੇਂ ਦੇ ਵਿੱਚ ਜਿਹੜੀਆਂ ਸਭ ਤੋਂ ਵੱਧ ਕੁਰਬਾਨੀਆਂ ਸੀ ਉਹ ਸਿੱਖਾਂ ਨੇ ਦਿੱਤੀਆਂ ਸੀ ਠੀਕ ਹੈ
ਮਤਲਬ ਕਹਿੰਦੇ ਜਿਹੜੇ ਵਸਦੇ ਘਰਾਂ ਦੇ ਲੋਕ ਸੀ ਉਹ ਵੀ ਇਸ ਚੀਜ਼ ਦਾ ਫਾਇਦਾ ਉਠਾਉਂਦੇ ਸੀ ਠੀਕ ਹੈ ਸਭ ਆਪੋ ਧਾਪੀ ਦੇ ਵਿੱਚ ਲੱਗੇ ਹੋਏ ਸੀ ਜਾਂ ਜਿਹੜੇ ਅਫਸਰ ਸਾਹੀ ਲੋਕ ਕੁਰਸੀਆਂ ਤੇ ਬੈਠੇ ਸੀ ਉਹ ਵੀ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਸੀ ਲੋਕਾਂ ਤੋਂ ਪੈਸੇ ਲੈਂਦੇ ਸੀ ਜਾਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਹੜੱਪ ਕਰਨ ਦੀ ਕੋਸ਼ਿਸ਼ ਕਰਦੇ ਸੀ ਠੀਕ ਹੈ ਜਾਂ ਜਿੰਨੇ ਵੀ ਉਹਨਾਂ ਦੇ ਘਰ ਦੇ ਮਕਾਨ ਸੀਗੇ ਉਹਨਾਂ ਦਾ ਕਿਰਾਇਆ ਦੁੱਗਣਾ ਚੌਗਣਾ ਕਰ ਦਿੱਤਾ ਸੀ ਤੇ ਲੋਕਾਂ ਦੇ ਲਈ ਰਹਿਣਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਸੀ ਤੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।